ਸਾਰੇ ਹੀ ਸਾਥੀਆਂ ਦਾ ਮੇਰੇ ਯੂਟਿਊਬ ਚੈਨਲ 'ਤੇ ਸਵਾਗਤ ਹੈ। ਦੋਸਤੋ, ਕਲਰਕਾਂ ਦੀ ਨਿਕਲੀ ਸਿੱਧੀ ਭਰਤੀ, ਹੁਣੇ ਕਰੋ ਅਪਲਾਈ। ਤਾਂ ਦੋਸਤੋ, ਪੂਰੀ ਜਾਣਕਾਰੀ ਦੇਣ ਤੋਂ ਪਹਿਲਾਂ, ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ, ਸਰਕਾਰੀ ਨੌਕਰੀ, ਪ੍ਰਾਈਵੇਟ ਨੌਕਰੀ, ਕੰਪੀਟੀਸ਼ਨ ਐਗਜ਼ਾਮ, ਰਿਜ਼ਲਟ, ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤਾਂ ਕਿ ਜਿਨ੍ਹਾਂ ਦੀ ਵੀ ਐਲੀਜੀਬਿਲਟੀ ਇਹਨਾਂ ਪੋਸਟਾਂ ਵਾਸਤੇ ਬਣਦੀ ਹੈ, ਉਹ ਇਹਨਾਂ ਪੋਸਟਾਂ ਨੂੰ ਅਪਲਾਈ ਜ਼ਰੂਰ ਕਰਨ ਅਤੇ ਕੰਮ 'ਤੇ ਲੱਗ ਜਾਣ। ਤਾਂ ਦੋਸਤੋ, ਆਓ ਲੈ ਕੇ ਚੱਲਦਾ ਹਾਂ ਤੁਹਾਨੂੰ ਖਬਰ ਵੱਲ। ਤਾਂ ਦੋਸਤੋ, ਦੱਸ ਦਈਏ ਕਿ ਆਫਿਸ ਆਫ ਦ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪਠਾਨਕੋਟ ਵੱਲੋਂ ਜੋ ਐਪਲੀਕੇਸ਼ਨਸ ਦੀ ਮੰਗ ਕੀਤੀ ਗਈ ਹੈ, ਜੋ ਕਿ ਪ੍ਰਸਕ੍ਰਾਈਬਡ ਪਰਫੋਰਮਾ ਹੈ ਜੋ ਤੁਹਾਨੂੰ ਦਿਖਾਵਾਂਗਾ, ਉਸ 'ਤੇ ਤੁਸੀਂ ਅਟੈਸਟਡ ਕਾਪੀ, ਆਪਣੇ ਸਰਟੀਫਿਕੇਟਸ ਦੀ ਲਾ ਕੇ ਅਤੇ ਦੋ ਰੀਸੈਂਟ ਫੋਟੋਗ੍ਰਾਫ 10 ਜੂਨ 2024 ਤੱਕ ਅਪਲਾਈ ਕਰ ਸਕਦੇ ਹੋ। ਜੋ ਕਿ ਭਰਤੀਆਂ ਨੇ, ਕਲਰਕ ਦੀਆਂ ਨੇ, ਅਡਹੋਕ ਬੇਸਿਸ 'ਤੇ ਨੇ, ਟੋਟਲ ਪੋਸਟਾਂ 22 ਨੇ, ਜਨਰਲ ਦੀਆਂ 10, BC ਦੀ 1, SC ਦੀਆਂ 5, ਐਕਸ ਸਰਵਿਸਮੈਨ ਦੀਆਂ 3, ਐਕਸ ਸਰਵਿਸਮੈਨ SC ਦੀ 1, ਸਪੋਰਟਸਮੈਨ ਦੀ 1 ਅਤੇ ਹੈਂਡੀਕੈਪਟ ਵਾਸਤੇ 1 ਪੋਸਟ ਹੈ। ਇਹਨਾਂ ਪੋਸਟਾਂ ਵਾਸਤੇ ਕੈਂਡੀਡੇਟ ਨੇ ਜੋ BA ਦੀ ਡਿਗਰੀ ਜਾਂ ਫਿਰ BSc ਜਾਂ ਫਿਰ ਇਸ ਦੇ ਬਰਾਬਰ ਦੀ ਯੋਗਤਾ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮੈਟ੍ਰਿਕੁਲੇਸ਼ਨ ਵਿੱਚ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਪ੍ਰੋਫੀਸ਼ੀਐਂਸੀ ਇਨ ਕੰਪਿਊਟਰ ਅਤੇ ਕੈਂਡੀਡੇਟ ਜੋ ਕੰਪਿਊਟਰ ਦਾ ਇੱਕ ਤਰ੍ਹਾਂ ਨਾਲ ਮਾਹਿਰ ਹੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਜੋ ਫਿਕਸ ਸੈਲਰੀ ਹੈ ਤੁਹਾਨੂੰ 14,237 ਰੁਪਏ ਮਿਲਣ ਯੋਗ ਹੋਵੇਗੀ ਅਤੇ ਇਸ ਤੋਂ ਇਲਾਵਾ ਜੋ ਉਮਰ ਹੈ 18 ਤੋਂ 37 ਸਾਲ ਹੋਣੀ ਚਾਹੀਦੀ ਹੈ ਜਨਰਲ ਕੈਟਾਗਰੀ ਵਾਸਤੇ। ਇਸ ਤੋਂ ਇਲਾਵਾ ਜੋ ਕੈਟਾਗਰੀ ਵਾਈਜ਼ ਉਮਰ ਵਿੱਚ ਮਿਲਣ ਵਾਲੀ ਛੋਟ ਹੈ ਉਹ ਕੈਟੇਗਰੀ ਦੇ ਹਿਸਾਬ ਨਾਲ ਮਿਲੇਗੀ। ਤਾਂ ਦੋਸਤੋ, ਪਰਫੋਰਮਾ ਤੁਸੀਂ ਦੇਖ ਸਕਦੇ ਹੋ, ਜਿਸ ਵਿੱਚ ਤੁਸੀਂ ਐਪਲੀਕੇਸ਼ਨ ਫੋਰ ਦਾ ਪੋਸਟ ਆਫ ਕਲਰਕ, ਇੱਥੇ ਤੁਸੀਂ ਪਰਫੋਰਮੇ ਨੂੰ ਭਰ ਕੇ ਜੋ ਆਫਿਸ ਹੈ ਉੱਥੇ ਜਮ੍ਹਾਂ ਕਰਾ ਦੇਣਾ ਹੈ। ਦੋਸਤੋ, ਇਹਨਾਂ ਪੋਸਟਾਂ ਵਾਸਤੇ ਜੋ ਰਿਟਨ ਟੈਸਟ ਹੋਵੇਗਾ ਉਸ ਵਿੱਚ ਇੰਗਲਿਸ਼ ਕੰਪੋਜੀਸ਼ਨ ਦੇ 25 ਮਾਰਕਸ, ਇਸ ਤੋਂ ਇਲਾਵਾ ਪੰਜਾਬੀ ਦੇ 25 ਮਾਰਕਸ ਅਤੇ ਜਨਰਲ ਨੌਲੇਜ ਦੇ 50 ਮਾਰਕਸ ਹੋਣਗੇ। ਸਾਰਿਆਂ ਵਿੱਚੋਂ ਤੁਹਾਨੂੰ 33% ਮਾਰਕਸ ਲੈਣੇ ਜੋ ਰਿਟਨ ਟੈਸਟ ਦੇ ਵਿੱਚੋਂ ਲਾਜ਼ਮੀ ਨੇ। ਤਾਂ ਦੋਸਤੋ, ਜਿਨ੍ਹਾਂ ਦੋਸਤਾਂ ਦੀ ਵੀ ਐਲੀਜੀਬਿਲਟੀ ਇਹਨਾਂ ਪੋਸਟਾਂ ਵਾਸਤੇ ਬਣਦੀ ਹੈ ਤਾਂ ਉਹ ਇਹਨਾਂ ਪੋਸਟਾਂ ਨੂੰ ਜ਼ਰੂਰ ਅਪਲਾਈ ਕਰਨ ਅਤੇ ਤੁਸੀਂ ਵੈਬਸਾਈਟ pathankot.dcourse.gov.in 'ਤੇ ਜਾ ਕੇ ਇਹ ਪਰਫੋਰਮਾ ਡਾਊਨਲੋਡ ਕਰ ਸਕਦੇ ਹੋ ਅਤੇ ਇਸ ਪਰਫੋਰਮੇ ਨੂੰ ਭਰਨ ਉਪਰੰਤ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਹੋ। ਦਫ਼ਤਰ ਦੇ ਵਿੱਚ ਤੁਸੀਂ 10 ਜੂਨ 2024 ਤੱਕ ਇਹ ਪਰਫੋਰਮਾ ਜਮ੍ਹਾਂ ਕਰਵਾਉਣਾ ਹੈ 5 PM ਤੱਕ। ਜੇ ਤੁਹਾਡਾ ਪਰਫੋਰਮਾ ਇਨਕੰਪਲੀਟ ਹੈ ਤਾਂ ਤੁਹਾਡੀ ਯੋਗਤਾ ਰੱਦ ਕਰ ਦਿੱਤੀ ਜਾਵੇਗੀ। ਤਾਂ ਦੋਸਤੋ, ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋਵੇਗੀ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਂਦਾ ਹਾਂ, ਅਗਲੀ ਵੀਡੀਓ ਨਾਲ ਜਲਦ ਹੀ ਮਿਲਾਂਗੇ। ਥੈਂਕ ਯੂ ਫੋਰ ਵਾਚਿੰਗ ਮਾਈ ਚੈਨਲ। ਥੈਂਕਸ ਵੰਸ ਅਗੇਨ ਟੂ ਆਲ ਮਾਈ ਵਿਊਅਰਸ।